ਦੁਆ ਹੈ ਬਾਦਸ਼ਾਹ ਤੁਹਾਡਾ ਟੁਰਾਇਆ ਕਬੂਲ ਫਰਮਾ ਜਿਤਨੇ ਕਦਮ ਨਵਾਬ ਕਰਬਲਾ ਦੀ ਸਫ਼ੇ ਮਾਤਮ ਤੇ ਚੱਲਣਾ ਹੈ ਹਰ ਕਦਮ ਤੇ ਸਾਈਂ ਸਵੀਰਾ ਕਬੀਰਾ ਗੁਨਾਹ ਮਾਫ ਅਲੀਉਨ ਵਲੀਉਲਾਹ ਪੜ੍ਹਨ ਵਾਲਿਆਂ ਦੀਆਂ ਨਸਲਾਂ ਆਬਾਦ ਹੋਣ ਅਲੀਉਨ ਵਲੀਉਲਾਹ ਪੜ੍ਹਨ ਵਾਲਿਆਂ ਦੇ ਘਰ ਆਬਾਦ ਹੋਣ ਅਲੀਉਨ ਵਲੀਉਲਾਹ ਪੜ੍ਹਨ ਵਾਲਿਆਂ ਨੂੰ ਮੌਲਾ ਹਰ ਤਕਲੀਫ ਤੋਂ ਮਹਿਫੂਜ਼ ਫਰਮਾ ਪੰਜ ਜਾਂ ਸੱਤ ਮਿੰਟ ਤਰੇ ਜਾਂ ਚਾਰ ਮਿੰਟ ਦੀ ਤਮਹੀਦ ਇੱਕ ਜਾਂ ਦੋ ਹੈ ਮੈਂ ਕਾਫੀ ਦੇਰ ਦਾ ਆਇਆ ਬੈਠਾ ਲੇਕਿਨ ਮੇਰੀ ਮਜਬੂਰੀ ਹੈ ਮੈਂ ਪੀਰ ਮੁਹੰਮਦ ਹੁਸੈਨ ਸ਼ਾਹ ਤੋਂ ਵੀ ਪਹਿਲਾਂ ਦਾ ਆਇਆ ਬੈਠਾ ਮਜਬੂਰੀ ਹੈ ਕਰਬਲਾ ਤੋਂ ਸ਼ਾਮ ਦੇ ਰਾਹ ਦੇ ਵਿੱਚ ਇੱਕ ਸ਼ਹਿਰ ਹੈ ਜਿਸਦਾ ਨਾਮ ਹੈ ਹਰਰਾਮ ਇਸ ਸ਼ਹਿਰ ਦੇ ਵਿੱਚ ਦਾਖਲ ਹੋਵੋ ਕੋਈ ਤਮਹੀਦ ਨਹੀਂ ਨੀਤੀ ਬੈਠੇ ਤਾਂ ਪੈਦਾ ਨਾ ਹੋ ਸਕੇ ਮੈਂ ਬਾਰਾਂ ਦਫ਼ਾ ਜਾ ਚੁੰਮਾ ਹਾਂ ਜਿੱਥੇ ਦਰੋਈਆਂ ਡੈਂਦੀ ਰਹੀ ਮਸੱਲੇ ਤੇ ਮੰਗਣ ਵਾਲਾ ਬੰਦਾ ਆਗਾਜ਼ ਸ਼ੁਰੂ ਦੇ ਵਿੱਚ ਇੱਕ ਰੋਜ਼ਾ ਆਉਂਦਾ ਯਹਯਾ ਰਾਨੀ ਯਹਯਾ ਜਨਾਬ ਈਸਾ ਦੀ ਉਮਤ ਦਾ ਬੰਦਾ ਲੇਕਿਨ ਇਬਾਦਤ ਗੁਜ਼ਾਰ ਬਹੁਤ ਜ਼ਿਆਦਾ ਇਹਦਾ ਜਿਹੜਾ ਘਰ ਹੈ ਸ਼ਹਿਰ ਦੇ ਦਰਮਿਆਨ ਇੱਕ ਉੱਚੀ ਜਾ ਹੈ ਉਸਦੇ ਉੱਤੇ ਘਰ ਇਸਦੇ ਸ਼ਹਿਰ ਤੋਂ ਸਾਰਾ ਸ਼ਹਿਰ ਇਸਦੇ ਘਰ ਤੋਂ ਨਜ਼ਰ ਆਉਂਦਾ ਬਹੁਤ ਤਮਹੀਦ ਕੀ ਹੋਈ ਜਿਹੜੀ ਮੌਕਾ ਛੋੜੀ ਇਹਦਾ ਦਿਨ ਦੁਪਹਿਰ ਤੋਂ ਢਲ ਗਿਆ ਮੈਂ ਉਹ ਜਿਹੜਾ ਕਮਰਾ ਵੱਖਰਾ ਇਬਾਦਤ ਵਾਲਾ ਉਸ ਵਿੱਚ ਬੈਠਾ ਆਪਣੇ ਨਬੀ ਦੀ ਕਿਤਾਬ ਮੈਂ ਖੋਲੀ ਅਦਾ ਮੈਂ ਮੁਤਾਲਾ ਸ਼ੁਰੂ ਕੀਤਾ ਅਦਾ ਇੱਕ ਹਵਾ ਦਾ ਜੌਂਕਾ ਆਇਆ ਉਸ ਜੌਂਕੇ ਨੇ ਪੰਜ ਸੱਤ ਵਰਕੇ ਪਰਤ ਛੋੜੀ ਅਦਾ ਜਿਹੜਾ ਸਾਹਮਣੇ ਵਰਕਾ ਆਇਆ ਉਸ 'ਤੇ ਮੇਰੀ ਨਿਗਾਹ ਪੈ ਗਈ ਉਸ ਵਰਕੇ 'ਤੇ ਲਿਖਿਆ ਹੋਇਆ ਜਿਹੜਾ ਆਖਰੀ ਨਬੀ ਉਹ ਸੀ ਉਸ ਨਬੀ ਦੇ ਬਾਰਾਂ ਵਸੀ ਉਹ ਸੇ ਤੁਹਾਡਾ ਭਲਾ ਹੋਵੇ ਤੁਹਾਡਾ ਭਲਾ ਹੋਵੇ ਤੁਹਾਡੇ ਮਿਜ਼ਾਜ ਮੈਂ ਬੜੇ ਸੋਹਣੇ ਜਾਣਦਾ ਅਦਾ ਉਹ ਨਬੀ ਅਤੇ ਉਹਦੇ ਬਾਰਾਂ ਵਸੀ ਉਹਨਾਂ ਨੂੰ ਖੁਦਾ ਇਤਨੀ ਕੁ ਤਾਕਤ ਦੇ ਸੀ ਉਹਨਾਂ ਦਾ ਧੜ ਜਿੱਥੇ ਵੀ ਹੋਇਆ ਪਰਵਾਹ ਨਹੀਂ ਅਗਰ ਉਹਨਾਂ ਦਾ ਸਰ ਧੜ ਦੇ ਬਗੈਰ ਕੁਰਾਨ ਪੜ੍ਹਨਾ ਚਾਹੇ ਉਹ ਪੜ੍ਹ ਸਕਦਾ ਬਿਸਮਿਲ੍ਲਾ ਕਰਨਾ ਚਾਹੇ ਭਲਾ ਹੋਵੇ ਤੇ ਅਗਰ ਉਹ ਕਿਸੇ ਨਾਲ ਬੋਲਣਾ ਚਾਹੇ ਉਹ ਬੋਲ ਸਕਦੇ ਯਹਯਾ ਦਾ ਮੈਂ ਪੜ੍ਹ ਕੇ ਹੈਰਾਨ ਪਰੇਸ਼ਾਨ ਹੋ ਗਿਆ ਇਤਨਾ ਹੈਰਾਨ ਹੋਇਆ ਆਪਣੇ ਨਾਲ ਗੱਲਾਂ ਸ਼ੁਰੂ ਕਰ ਦਿੱਤੀਆਂ ਇਹ ਨਹੀਂ ਹੋ ਸਕਦਾ ਕੱਟਿਆ ਹੋਇਆ ਸਰ ਤੇ ਕਿਵੇਂ ਬੋਲੇ ਨਹੀਂ 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 ਫਿਰ ਆਪਣੇ ਆਪ ਨੂੰ ਆਦਾ ਤੂੰ ਲਾਂਤੀ ਪਿਆ ਬਣਨਾ ਹੈ ਵੇਖ ਤੇ ਸਹੀ ਕਿਤਾਬ ਤਾਂ ਤੇਰੇ ਨਬੀ ਦੀ ਤੁਹਾਡਾ ਭਲਾ ਹੋਵੇ ਭਾਈ ਜਿਹਨਾਂ ਨੀਤੀ ਹੈ ਬੜੀ ਸੋਹਣੀ ਨੀਤੀ ਹੈ ਮੈਂ ਬਿਸਮਿਲ੍ਲਾ ਕਰਾਂ ਜ਼ਿੰਦਗੀ ਉਹਨੇ ਭਲਾ ਉਹਨੇ ਵੀ ਦੇਖੋ ਅਸਾਂ ਕੁਰਾਨ ਪਾਕ ਨੂੰ ਨਾ ਮੰਨੀਏ ਤਾਂ ਲਾਂਤੀ ਬਣ ਗਏ ਇੱਕ ਲਫਜ਼ ਦੇ ਵੀ ਇਨਕਾਰੀ ਗਈ ਕਹਾਣੀ ਉਹਨਾਂ ਦਾ ਵੀ ਆਪਣੇ ਨਬੀ ਦੀ ਕਿਤਾਬ 'ਤੇ ਇੰਜੇ ਈਮਾਨ ਹੈ ਇਹ ਆਦਾ ਮੈਂ ਪਾਗਲ ਹੋ ਮੈਨੂੰ ਲੱਗ ਪਿਆ ਮੰਨਾ ਦਿਲ ਨਹੀਂ ਮੰਨਦਾ ਨਾ ਮੰਨਾ ਲਾਂਤੀ ਬੰਨਾ ਕਿਤਾਬ ਮੇਰੇ ਨਬੀ ਦੀ ਹੈ ਅਦਾ ਬਿਲਕੁਲ ਮੈਂ ਪਾਗਲ ਹੋਵਣ ਦੇ ਕਰੀਬ ਆਈ ਜਾਂ ਬਾਜ਼ਾਰ 'ਚ ਢੋਲ ਵੱਜਣੇ ਸ਼ੁਰੂ ਮੇਰੀਆਂ ਸਤਰਾਂ ਤੈਨੂੰ ਦੋ ਹੀ ਯਾਦ ਰਸਤਾ ਮੈਂ ਬਿਸਮਿਲ੍ਲਾ ਕਰਾਂ ਮੈਂ ਤੇਰੀ ਸੋਚ ਤੋਂ ਪਹਿਲਾਂ ਮੈਂਬਰ ਛੋੜਨ ਲੱਗਾ
ढोल वजे दिल च ख्याल आया कोई खुशी नहीं मोहल्ले दे विच ये ढोल कित्थों पे वगदा अदा ढोलां दे आवाज तेज हो गए अदा मैं फैसला कीता है जो इस गल ते पिछे आ गौर करे ना कटिया होया सर बोलेंदा या नहीं बोलेंदा पहले पता कराए ढोल कित्थों पे वगदे या यादा किताब बंद कीती महफूज जाते अजा रखी नहीं मैं रख दप्यां या मेरे कान ते उच्चे आवाज च आवाज आई बागी दियां भैणा आ गईयां मैं बिस्मिल्लाह करा तेरी जिंदगी होवे तेरी जिंदगी होवे मैं बिस्मिल्लाह करा मैं बिस्मिल्लाह कर जी बाबा जी बाबा बच्चियां दी जिंदगी होने हला होवे भाई बागी दियां भैणा अदा बड़ी जल्दी किताब महफूज जाते अदा मैं दरवाजा खोलिया पहली निगाह ही बाजार च पई दिल दुख जाए तो माफी देना वो गम कैसा जिस विच दिल ना दुखे तेरिया धीया दे परदे होने अदा पहली निगाह बाजार च पई या याद अन्ना ही होवां तो बेहतर आई मैं एक रस्सी च कई गल दी بچیاں دی زندگی ہوے اس غم دے سوا کوئی غم ہی نہ ویکھے ایک رسی چ ادا ترتیب انجائی ترتیب ان جائی ادا ایک جھن دی آئی تے اُتے ساریاں جھن پاوندا ادا کوج لوگ انہاں دے سجے کھبے میں نچ دے ڈٹھے ادا دل تے بڑی چوٹ لگی کوئی ریڑی لاویں نال ہووے تے اودیاں بہناں نوں انج بازار کوئی نہیں لایا ہوندا اے پتہ نہیں کیوں انہاں دا وارث کوئی نہیں نہیں لو آدھا میں بازار نو لہ پیا بچیاں دی زندگی ہونی مینوں تے حصہ دے چھوڑیا اللہ اکبر سال دی محنت تے واسطہ بھی اس نال میرا جتنا ہے سارا نو تہانوں پتہ ہے ایک وین کرن لگا دھیاں دے پردے ہونے بے اولاد بیٹھے تے جھولی پھیلائی بہت بڑا دیہاڑ آئی ان کا جنازہ ہے جیڑی کنڈیاں تے ٹر دی ਤੁਹਾਡੀ ਜ਼ਿੰਦਗੀ ਹੋਣੀ ਮੈਂ ਬਿਸਮਿਲ ਭਲਾ ਧੀਆਂ ਲਿਆਓ ਇਹ ਆਦਾ ਮੈਂ ਬਾਜ਼ਾਰ ਵਿੱਚ ਲਹਿ ਪਿਆਂ ਜੋ ਪੱਤਰ 'ਤੇ ਕਰਾਂ ਇਹ ਕੌਣ ਹੈ ਆਦਾ ਜਾਂ ਪੁੱਛਣ ਪਿਆ ਕਰੇਂਦਾ ਜਾਂ ਮੇਰੀ ਸਾਹਮਣੇ ਦੀਦ ਪਈ ਆਦਾ ਇੱਕ ਤੋ ਕੇ ਦੋ ਗੱਲ ਤੇਰੀ ਹਾਏ ਦੀ ਕਸਮੇ ਆਦਾ ਇੱਕ ਵੱਡਾ ਕਾਰੀ ਇੱਕ ਛੋਟਾ ਕਾਰੀ ਆਦਾ ਪਿਓ ਤੇ ਪੁੱਤਰਾਂ ਦਾ ਪਿਆਰ ਮੈਂ ਕੋਈ ਵੱਖਰਾ ਜਿਹਾ ਬਿੱਠਾ ਆਦਾ ਮੇਰੇ ਸਾਹਮਣੇ ਕਿਸੇ ਮਜਬੂਰੀ ਤੂੰ ਵੱਡੇ ਕਾਰੀ ਥੋੜੀ ਜਿਹੀ ਕਮਰ ਸਿੱਧੀ ਕੀਤੀ ਆਦਾ ਪਿਆਰ ਇਤਨਾ ਨਿੱਕਾ ਨਾਲ ਆਪ ਉੱਠਦਾ ਮੰਗਣਾ ਸਿਰ ਚੁਕਾ ਲੈ ਰੋਣ ਵਾਲੀ ਸ਼ਕਲ ਬਣਾ ਲੈ ਤੇਰੇ ਬੱਚਿਆਂ ਦੀ ਜ਼ਿੰਦਗੀ ਦੀ ਬਾਬ ਉਹ ਮੈਂ ਬਿਸਮਿਲ੍ਲਾ ਕਰਾਂ ਬੱਚਿਆਂ ਦੀ ਜ਼ਿੰਦਗੀ ਉਹਨੇ ਸਾਡਾ ਕੋਈ ਇੱਜ ਦਾ ਪਿਆਰ ਆਈ ਵੱਡੇ ਕਾਰੀ ਬਿਸਮਿਲ੍ਲਾ ਕਰਾਂ ਨਿੱਕਾ ਨਾਲ ਆਪ ਉੱਠਦਾ ਆਏ ਤੇ ਆਦਾ ਬਾਬਾ ਮੇਰੀ ਗਰਦਨ ਗੁੱਟੀ ਗਈ ਮੇਰੇ ਪਏ ਜ਼ਮੀਨ ਤੂੰ ਚਵੀ ਗਏ ਚਲ ਸਤਰ ਪੜਦਾ ਤੂੰ ਸੁਣ ਲੈ ਅਦਾ ਨਿੱਕੇ ਗੱਲ ਕੀਤੀ ਏ ਪਿਆਰ ਕੋਈ ਵੱਖਰਾ ਵੱਡੇ ਕਾਰੀ ਉਥੋਂ ਹੀ ਕਮਰ ਝੁਕਾਉਣੀ ਸ਼ੁਰੂ ਕੀਤੀ ਅਦਾ ਕਾਰੀ ਦੀ ਕੰਡ ਝੁਕ ਗਈ ਤੇ ਮੇਰੀ ਕਾਰੀ ਦੀ ਕੰਡ ਤੇ ਨਿਗਾਹ ਪੈ ਗਈ ਅਦਾ ਮੈਂ ਡਿੱਠਾ ਏ ਕਾਰੀ ਦੀ ਕੰਡ ਦੇ ਨਾਲ ਇੱਕ ਬੱਚੀ ਏ ਜਿਹਦੇ ਗੱਲ ਚ ਬੜੀ ਤੰਗ ਰੱਸੀ ਏ ਅਦਾ ਇਤਨੀ ਤੰਗ ਰੱਸੀ ਏ ਬੱਚੀ ਬੋਲੇ ਦੀ ਏ ਆਵਾਜ਼ ਮੇਰੇ
ਕਹੀ ਪਿਆਰਾ ਬੰਦਾ ਕਿਹੜਾ ਏ ਜਿਹੜਾ ਹਾਏ ਨਾ ਕਰੇ ਉਹ ਤੇਰੀਆਂ ਧੀਆਂ ਦੇ ਪਰਦੇ ਉਹਨੇ ਯਾ ਯਾਦ ਆ ਦਿਲ ਵਿੱਚ ਖਿਆਲ ਆਇਆ ਕੋਲ ਤੁਰ ਜਾਏ ਬੱਚੀ ਪਾਣੀ ਮੰਗਦੀ ਏ ਘਰ ਨੇੜੇ ਪਾਣੀ ਪਿਲਾਵਾ ਅਗਰ ਖਾਣਾ ਮੰਗਦੀ ਏ ਤੇ ਘਰ ਨੇੜੇ ਖਾਣਾ ਖਵਾਵਾ ਧੀਆਂ ਲਿਓ ਆਦਾ ਮੈਂ ਨੇੜੇ ਆਇਆ ਉਸ ਵੇਲੇ ਪਤਾ ਲੱਗਾ ਏ ਵੱਡਾ ਕਾਰੀ ਦਾ ਸੱਦਾ ਫਿਰਾਏ ਆਦਾ ਨੇੜੇ ਆਇਆ ਨਾ ਪਾਣੀ ਮੰਗਦੀ ਆਈ ਨਾ ਖਾਣਾ ਮੰਗਦੀ ਆਈ ਮਾਤਮ ਦੀ ਤਿਆਰੀ ਕਰੀ ਆਦੀ ਉਸ ਵੇਲੇ ਬਿਰਾ ਨੂੰ ਆਦੀ ਪਈਏ ਦਸ ਵੇ ਸਜਾਦ ਜਿੱਥੇ ਕੋਈ ਮੈਨੂੰ ਮਾਰਦਾ ਏ ਵੇਖ ਕੇ ਅੱਖੀਆਂ ਬੰਦ ਕਿਉਂ ਕਰਨਾ ਏ ਦਾਦਾ ਭੈਣ ਮਜਬੂਰੀ ਆਈ ਕੱਲ ਮੈਂ ਤਾਂ ਬਾਬੇ ਨੂੰ ਅੱਗੇ ਉਹ ਸਜਾ ਸਾਹਮਣੇ ਮਾਰ ਦੇ ਲਾਏ ਮੈਂ ਜੀ ਬਾਬਾ ਅਕਬਰ ਦਾ ਬਾਬਾ ਇਜਾ ਜਾਦਾ ਦੇਵੀ ਸਜਾ ਦਾ ਬਾਬਾ ਇਜਾ ਜਾਦਾ ਦੇਵੀ ਜੀ ਜੀ ਮੌਲਾ ਤੇਰਾ ਮਾਤਮ ਕਬੂਲ ਕਰ ਜੀ ਬਾਬਾ ਆਖਾਂ ਆਖਾਂ ਜੀ ਉਹ ਜਵਾਨਾ ਉਹ ਸਤਰ ਆਖਾ ਅੱਲਾ ਜਾਣਦਾ ਹੈ ਕਿਬਲਾ ਜਿਹੜੇ ਘੋੜੇ ਦੀ ਗਰਦਨ ਚ ਹਜ਼ਰਤ ਅੱਬਾਸ ਦਾ ਸਰ ਆਈ ਇਹ ਘੋੜਾ ਕਿਸੇ ਮਜਬੂਰੀ ਤੋਂ ਕਿਸੇ ਮੁਕਾਮ ਤੇ ਰੁਕ ਗਿਆ ਹੈ ਜ਼ਾਲਿਮ ਤਾਜ਼ੀਆਨਾ ਕੱਢ ਕੇ ਮਾਰਿਆ ਹੈ ਘੋੜਾ ਨਹੀਂ ਤੁਰਿਆ ਇਸ ਦੂਸਰਾ ਤਾਜ਼ੀਆਨਾ ਘੋੜੇ ਦੇ ਮੂੰਹ ਤੇ ਮਾਰਿਆ ਹੈ ਘੋੜਾ ਨਹੀਂ ਤੁਰਿਆ ਇਸ ਤੀਸਰਾ ਚਾਹਿਆ ਉਮਰ ਇਬਨੇ ਸਾਦ ਦਾ ਖਬਰਦਾਰ ਦੇ ਮੂੰਹ ਤੇ ਹੁਣ ਨਾ ਮਾਰੀ ਅਦਾ ਤੁਰਨਾ ਨਹੀਂ ਅਦਾ ਘੋੜਾ ਤਬਦੀਲ ਕਰ ਲੈ ਮੂੰਹ ਤੇ ਨਾ ਮਾਰ ਅਦਾ ਕਿਉਂ ਨਾ ਮਾਰਾ ਅਦਾ ਤੈਨੂੰ ਪਤਾ ਨਹੀਂ ਹਰ ਸ਼ਾਇਦ ਖੁਦਾ ਦੀ ਹਮਦੋ ਸਨਾਏ ਸਮੂਹ ਨਾਲ ਕਰੇ ਉਸ ਵੇਲੇ ਜਨਾ ਦੇ ਸਦੀਨਾ ਸਜਾ ਦਾ ਮੋਢਾ ਹਿਲਾਇਆ ਦੀਨੀਆ ਦੀ ਸਜਾ ਜਨੋ ਦਾਸ ਸਮੂਹ ਨਾਲ ਮੈਂ ਕੁਰਾਨ ਪੜ੍ਹਦੀ ਆ ਉਹ ਜੈਦਾ ਦਿਲ ਕਰਦਾ ਯਤੀਮ ਸਮਝ ਕੇ ਮਰੇਦਾ ਹੈ ਉਹ ਸਜਾ ਮੈਂ ਤੇਰੀ ਭੈਣਾ ਤੇ ਵੀਰ ਮੈਂ ਤੇਰੀ ਕੁਝ ਲੱਗਦੀ ਆ ਇੱਕ ਗੱਲ ਹੋਰ ਕਰ ਦੇਣਾ ਇਹੋ ਗੱਲ ਤੇ ਦੁਆ ਪਿਆ ਦੇਣਾ ਸੈਯਦਾ ਆਖੇ ਆਈ ਤਾਂ ਫਿਰ ਮੈਂ ਤੇਰੇ ਤੇ ਇੱਕ ਸਵਾਲ ਕਰਨਾ ਮੈਨੂੰ ਦੱਸ ਬਾਜ਼ਾਰ ਬੰਗੇ ਤੇਰੇ ਨਾਲ ਕੋਈ ਨਿੱਕੀ ਧੀ ਹੋਏ ਉਸ ਬੱਚੀ ਨੂੰ ਬਾਜ਼ਾਰ ਚ ਕੋਈ ਤਕਲੀਫ ਆਵੇ ਉਹ ਬਾਬਾ ਹਸਨ ਸ਼ਾਹ ਮੈਨੂੰ ਦੱਸ ਉਸ ਬੱਚੀ ਨੂੰ ਤਸੱਲੀ ਤੁਸੀਂ ਦੇਸੋ ਜਾਂ ਬੱਚੀ ਤੁਹਾਨੂੰ ਤਸੱਲੀ ਦੇਸੀ ਰੋ ਗਿਆ ਜਾ ਪਿਆ ਮੈਂ ਤਸੱਲੀ ਦੇਸਾਂ ਤੇਰੀ ਵੀ ਕਿਸਮਤ ਮੇਰੀ ਵੀ ਕਿਸਮਤ ਕਿਹੜੀ ਤਸੱਲੀ ਪੁੱਤਰ ਰੋ ਨਹੀਂ ਆ ਬਾਜ਼ਾਰ ਮੰਗ ਤੇਰੀ ਛਾਇਆ ਖੇ ਲੈ ਦੇਣਾ ਅੱਛਾ ਪੁੱਤਰ ਚੁੱਕ ਲੈਣਾ ਤੇਰੀ ਮਾਂ ਕੋਲ ਲੈ ਜਾਣਾ ਇਹੋ ਤਸੱਲੀ ਹੈ ਮੈਨੂੰ ਕੁਰਾਨ ਦਿੱਤੀਆਂ ਬਾਰਾਂ ਦੀ ਕਸਮਾਂ ਬਾਜ਼ਾਰੇ ਹਮੇ ਦੀਆਂ ਜੁਤਰਾਏ ਮਰਤਬਾ ਜਨਾ ਦੇ ਸਕੀਨਾ ਸਜਾ ਦਾ ਮੋਢਾ ਹਿਲਾ ਕੇ ਆਖਿਆ ਟੁਰ ਮੈਂ ਜੋ ਤੇਰੇ ਮਾਰਾ ਅਭੀ ਤਾਜ਼ੀਆਨੇ ਵਸਦੇ ਭੈਣ ਪਿੱਛੇ ਆ ਅਭੀ ਲੋਕ ਮਰੇਂਗੇ ਭੈਣ ਪਿੱਛੇ ਆ ਅਭੀ ਮੈਂ ਤੇਰੇ ਨਾਲ ਤੁਰਦੀ ਆ ਤੇ ਸਜਾ ਤੇਰੀ ਗਰਦਨ ਤੇ ਗਰਦਨ ਦੇ ਸਜਾਦ ਤੁਰ ਮੈਂ ਨਾਲਾ ਜੇ ਮੋੜੇ ਆਈ ਤਾਂ ਫਿਰ ਝੋਲੀ ਫੇਲਾ ਉਸ ਵੇਲੇ ਇਮਾਮ ਅਗਨ ਭੈਣ ਛੋਟੀ ਵੀ ਏ ਯਤੀਮ ਵੀ ਏ ਸੈਯਦਾਦ ਵੀ ਏ ਵਤਨ ਵੀ ਦੂਰ ਇਹ ਹੱਕ ਮੇਰਾ ਬਣਦਾ ਏ ਮੈਂ ਤੈਨੂੰ ਤਸੱਲੀ ਦੇਵਾਂ ਇਹ ਬਾਰ ਬਾਰ ਮੈਨੂੰ ਤਸੱਲੀ ਕਿਉਂ ਦਿੱਤੀ ਆਈ ਬੀਬੀਆ ਦੀ ਵੇਖ ਦੇ ਵੀਰ ਬਾਰ ਬਾਰ ਤਸੱਲੀ ਕੀ ਵਾਤ ਕਹਿੰਦੀ ਪਈਆਂ ਅਗਰ ਇੱਥੇ ਮੈਂ ਮਰ ਗਈ ਸਜਾਦ ਮੇਰਾ ਜਨਾਜ਼ਾ ਚਾ ਲੈਂਦਾ ਉਹ ਭੈਣ ਦਫਨਾ ਲੈਂਦਾ ਸਜਾਦ ਮੈਨੂੰ ਦੱਸ ਕਿ ਪਿਓ ਦੇ ਕਾਤਲਾਂ ਚ
ਤੈਨੂੰ ਬਾਵੀ ਦੀਆ ਪੈਰਾ ਤੇ ਸਜਾਦ ਮੈਂ ਤੈਨੂੰ ਕਿਵੇਂ ਚੈਜਾ ਤੇ ਤੇਰੀ ਕਬਰ ਕਿਵੇਂ ਬਣੇ ਸਾ ਤੇ ਭੈਣ ਤੈਨੂੰ ਕਿਵੇਂ ਦਫਨੇ ਸੀ।